ਜੈ ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਔੜ ਵੱਲੋਂ 11ਵਾਂ ਵਿਸ਼ਾਲ ਭਗਵਤੀ ਜਾਗਰਣ 18 ਅਪ੍ਰੈਲ 2024 ਦਿਨ ਵੀਰਵਾਰ ਨੂੰ ਬਾਬਾ ਧਰਮਗਿਰੀ ਮੰਦਰ ਔੜ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਫਿਰੋਜ਼ ਖਾਨ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾਵੇਗਾ। ਸੋ ਸਾਰਿਆਂ ਨੂੰ ਇਸ ਮੌਕੇ 'ਤੇ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। ਜੈ ਮਾਤਾ ਦੀ। ਨਮਸਕਾਰ ਜੀ ਭਗਤ ਜਨੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਜੈ ਮਾਤਾ ਚਿੰਤਪੁਰਨੀ ਸੇਵਾ ਸੁਸਾਇਟੀ ਔੜ ਵੱਲੋਂ 11ਵਾਂ ਵਿਸ਼ਾਲ ਭਗਵਤੀ ਜਾਗਰਣ 18 ਅਪ੍ਰੈਲ 2024 ਦਿਨ ਵੀਰਵਾਰ ਨੂੰ ਬਾਬਾ ਧਰਮਗਿਰੀ ਮੰਦਰ ਔੜ ਵਿਖੇ ਕਰਵਾਇਆ ਜਾ ਰਿਹਾ, ਔਰ ਮੇਰੇ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਮਾਤਾ ਰਾਣੀ ਦੇ ਜਾਗਰਣ ਦੀ। ਔਰ ਮੇਰੀ ਹਾਜ਼ਰੀ ਹੈ 18 ਅਪ੍ਰੈਲ ਨੂੰ, ਯਾਦ ਰੱਖਿਓ ਜੀ। ਸਾਰੇ ਜਾਣੇ ਆਪਾਂ ਮਿਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜਾ ਤੁਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਿਹੜਾ ਇਹ ਜਨਮ ਦਿਨ ਮਨਾਇਆ ਹੈਗਾ, ਹਾਂਜੀ, ਮੈਂ ਦੇਖਿਆ ਕਿ ਕਾਫੀ ਜਿਹੜੀ ਆ ਕਿ ਰੌਣਕ ਲੱਗੀ ਹੋਈ ਆ ਅਤੇ ਉਤਸ਼ਾਹ ਬੜਾ ਇਹਦੇ ਵਿੱਚ ਪਾਇਆ ਗਿਆ, ਹਾਂਜੀ। ਇਹ ਤੁਹਾਨੂੰ ਕਿਸ ਤਰ੍ਹਾਂ ਇੱਕ ਸੋਚ ਆਈ ਆ ਕਿ ਸਾਨੂੰ ਪਿੰਡਾਂ ਦੇ ਵਿੱਚ ਜਿਹੜਾ ਆ ਵੱਧ ਚੜ੍ਹ ਕੇ ਮਨਾਉਣਾ ਚਾਹੀਦਾ ਹੈ? ਸਾਹਿਬ ਜੀ, ਜਿੱਦਾਂ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਮਾਜ ਦੀ ਖਾਤਰ, ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦੀ ਖਾਤਰ ਸੰਘਰਸ਼ ਕੀਤਾ, ਅਤੇ ਜੋ ਸੰਵਿਧਾਨ ਦੇ ਨਿਰਮਾਤਾ, ਜੋ ਸੰਵਿਧਾਨ ਹੈ ਅੱਜ, ਉਹਨਾਂ ਦੇ ਸੰਵਿਧਾਨ ਦੇ ਅਧੀਨ ਜੋ MLA MP ਆ, ਜੋ ਵੀ ਸਾਰੇ ਬਣ ਰਹੇ ਆ, ਨੌਕਰੀਆਂ ਕਰ ਰਹੇ ਆ, ਸਿਰਫ ਡਾਕਟਰ ਬਾਬਾ ਅੰਬੇਡਕਰ ਦੀ ਦੇਣ ਆ। ਤੁਸੀਂ ਅਤੇ ਅੱਜ ਤੁਸੀਂ ਜਿਹੜਾ ਇਹ ਜਨਮ ਦਿਨ ਮਨਾਇਆ, ਇਹ ਕਿੱਦਾਂ, ਮਤਲਬ ਕਹਿਣ ਤੱਕ ਪੰਚਾਇਤ ਵੱਲੋਂ ਆ ਜਾਂ ਕਿਸੇ ਇੱਕ ਤਰਫਾ ਵੱਲੋਂ ਜਾਂ ਕਿੱਦਾਂ ਹੈਗਾ ਆ? ਇਹ ਸਾਡੇ ਜਿੱਦਾਂ ਸਵੇਰੇ ਗੁਰਨਾਮ ਸਿੰਘ ਸਪਰਾ ਜੀ ਆਏ, ਸਾਡੇ ਡਾਕਟਰ ਰਾਜ ਕੁਮਾਰ ਜੀ ਆਏ, ਅੱਛਾ, ਦੋ ਤਿੰਨਾਂ ਬੰਦਿਆਂ ਨੇ ਸਲਾਹ ਕੀਤੀ ਆ ਵੀ ਆਪਾਂ ਨੂੰ ਵੀ ਇਹ ਮਨਾਉਣਾ ਚਾਹੀਦਾ, ਪਰ ਅਸੀਂ ਥੋੜ੍ਹਾ ਜਿਹਾ 2 ਦਿਨ ਲਈ ਲੇਟ ਹੋ ਗਏ ਹਾਂ ਘਰ ਦੀ ਪ੍ਰੋਬਲਮ ਕਰਕੇ। ਅੱਛਾ ਅੱਛਾ। ਅਤੇ ਅਸੀਂ ਨਹੀਂ ਤਾਂ ਉਦਣ 14 ਨੂੰ ਮਨਾਉਣਾ ਸੀ, ਬੜੀ ਧੂਮ। ਨਹੀਂ ਨਹੀਂ, ਆਹ ਮਹੀਨਾ ਹੀ ਸਾਰਾ ਚੱਲ ਰਿਹਾ ਹੈਗਾ ਆ, ਠੀਕ ਹੈ। ਇਸ ਕਰਕੇ ਅਸੀਂ ਤੁਹਾਡਾ ਦੁਆਬਾ, ਅੱਛਾ, ਹਾਂਜੀ, ਨਵਾਂ ਸ਼ਹਿਰ ਦੁਆਬਾ ਯੂਟਿਊਬ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਆ ਕੇ ਸਾਡੇ ਜੋ ਸਾਡੀਆਂ ਸਮੱਸਿਆਵਾਂ ਸੁਣਦੀਆਂ, ਸਾਡੀ ਆਵਾਜ਼ ਆ ਜਿਹੜੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ। ਦੇਖੋ, ਸਾਡਾ ਤਾਂ ਇਹ ਫਰਜ਼ ਬਣਦਾ ਆ, ਹਾਂਜੀ, ਠੀਕ ਹੈ। ਮੀਡੀਆ ਪੱਤਰਕਾਰੀ ਉਹੀ ਹੁੰਦੀ ਆ ਕਿ ਜਿਹੜੇ ਕਿਸ ਬਿਨਾਂ ਕਿਸੇ ਪੱਖਪਾਤ ਤੋਂ, ਬਿਨਾਂ ਵਿਵਾਦਾਂ ਤੋਂ, ਮਤਲਬ ਹਰ ਧਰਮ ਦੀ ਕਵਰੇਜ ਕਰੇ। ਕਹਿ ਸਾਹਿਬ ਜੀ, ਜਿਹੜਾ ਤੁਹਾਡਾ ਪੱਤਰਕਾਰੀ ਦਾ ਲਹਿਜਾ ਆ, ਉਹ ਇੱਕ ਵੱਖਰਾ ਹੀ ਆ ਤੁਹਾਡਾ। ਤੁਸੀਂ ਇੱਕ ਜਿਹੜਾ ਇਹ ਪੱਤਰਕਾਰੀ ਕਰਦੇ ਆ, ਉਹ ਬਹੁਤ ਇੱਕ ਸਾਰੇ ਦੂਸਰੇ ਤੋਂ ਉੱਠ ਕੇ ਵਧੀਆ ਤਰੀਕੇ ਨਾਲ ਕਵਰੇਜ ਕਰਦੇ। ਚਲੋ, ਖੈਰ, ਤੁਹਾਡੇ ਵਰਗੇ ਜਿਹੜੇ ਆ ਲੋਕਾਂ ਦਾ ਸਹਿਯੋਗ ਰਹਿੰਦਾ ਤੇ ਅਸੀਂ ਤਦੇ ਪੱਤਰਕਾਰੀ ਕਰਦੇ ਆ, ਨਹੀਂ ਤੇ ਵੈਸੇ ਅਸੀਂ ਵੀ ਕੋਈ ਬਹੁਤ ਸਹਿਯੋਗ ਰਹਿੰਦਾ ਸਾਡੇ ਨਾਲ। ਕਹਿੰਦੇ ਆ ਕਸ਼ਮੀਰੀ ਲਾਲ ਕੈਂਸ ਨੂੰ ਬਰਾਬਰ ਬਹੁਤ ਵਧੀਆ ਖਬਰ ਬਣਾ। ਚਲੋ, ਖੈਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ, ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ 'ਤੇ ਛੁਟਕਾਰਾ ਪਾਓ। 9863879499 'ਤੇ ਫੋਨ ਕਰੋ, 9863879499 'ਤੇ ਫੋਨ ਕਰੋ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ, ਸੰਪਰਕ 9763879499।